ਪੰਜਾਬ ਹਰਿਆਣਾ ਰਾਜਸਥਾਨ ਦੇ ਜਿਹੜੇ ਬਾਸਮਤੀ ਦੀ ਖੇਤੀ ਕਰਦੇ ਐ ਉਹ ਵੀਰ ਇਹ ਵੀਡੀਓ ਧਿਆਨ ਨਾਲ ਸੁਣ ਲੈਣ ਇਹ ਇੱਕ ਚੇਤਾਵਨੀ ਹੈ ਉਹਨਾਂ ਦੇ ਲਈ ਇਹ ਉਹਨਾਂ ਦੇ ਕੰਨ ਖੋਲਣ ਲਈ ਇਹ ਵੀਡੀਓ ਹੈ ਜਿਹੜੀਆਂ ਗੱਲਾਂ ਕਹੂੰਗਾ ਉਹਨੂੰ ਕਾਪੀ ਤੇ ਲਿਖ ਲੈਣਾ ਮੈਂ ਤਾਂ ਤੁਹਾਨੂੰ ਬਾਰ-ਬਾਰ ਚੇਤਾਵਨੀ ਦਿੰਦਾ ਹੀ ਰਹਿਣਾ ਹੈ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਨੇ ਇੱਕ ਤੁਹਾਡੇ ਲਈ ਚੇਤਾਵਨੀ ਜਾਰੀ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੇ ਵਾਸਤੇ ਖੁਸ਼ੀ ਦੀ ਗੱਲ ਹੈ। ਖੁਸ਼ੀ ਦੀ ਗੱਲ ਇਹ ਹੈਗੀ ਹੈ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਵਿੱਚ ਕੁਝ ਦੇਸ਼ਾਂ ਦੇ ਵਿੱਚ ਟਿੱਡੀ ਦਲ ਕਰਕੇ ਖਾਣੇ ਦਾ ਸੰਕਟ ਆਇਆ ਹੋਇਆ ਹੈ। ਦੂਜਾ ਮਹਾਮਾਰੀ ਕਰਕੇ ਕੁਝ ਦੇਸ਼ਾਂ ਦੇ ਨਾਲ ਕੁਝ ਦੇਸ਼ਾਂ ਦੀ ਵਿਗੜ ਗਈ ਹੈ। ਤੇ ਸਾਡੀ ਬਾਸਮਤੀ ਦੀ ਮੰਗ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਹੈ। ਤਾਂ ਉਮੀਦ ਕਰਦੇ ਹਾਂ ਕਿ ਬਾਸਮਤੀ ਜਿਹੜਾ ਕਿਸਾਨ ਦਾ ਕੁਝ ਨਾ ਕੋਈ ਭਲਾ ਕਰਕੇ ਜਾਊਗੀ ਭਾਵੇਂ ਕਿ ਕੁਝ ਟਾਈਮ ਆਸਤੇ ਬਾਸਮਤੀ ਹੋਲਡ ਕਰਨੀ ਪੈ ਸਕਦੀ ਹੈ ਪਰ ਧਿਆਨ ਦੇਣ ਵਾਲੀ ਗੱਲ ਇਹ ਹੈਗੀ ਆ ਚੇਤਾਵਨੀ ਤੁਹਾਡੇ ਲਈ ਇਹ ਹੈਗੀ ਹੈ ਕਿ ਜਿਹੜੇ ਨੌ ਜ਼ਹਿਰ ਬੈਣ ਹੈ ਜੇ ਉਹ ਜ਼ਹਿਰ ਬਾਸਮਤੀ ਦੇ ਵਿੱਚ ਆ ਜਾਂਦੇ ਹੈ ਨਾ ਤਾਂ ਸਾਰੇ ਦਾ ਸਾਰਾ ਲੋਟ ਵਾਪਸ ਆ ਜਾਊਗਾ ਮਤਲਬ ਇਹ ਹੈਗਾ ਕਿ ਅਸੀਂ ਆਪ ਤਾਂ ਡੁੱਬਾਂਗੇ ਡੁੱਬਾਂਗੇ ਐਕਸਪੋਰਟਰ ਦਾ ਵੀ ਕਰੋੜਾਂ ਰੁਪਇਆ ਡੁੱਬੂਗਾ ਤੇ ਸਾਡੀ ਜਿਹੜੀ ਬਾਸਮਤੀ ਆ ਉਹ ਬੇਰਾਂ ਦੇ ਭਾਅ ਨਹੀਂ ਕਿਸੇ ਨੇ ਪੁੱਛਣੀ ਵੈਸੇ ਤਾਂ ਸਾਡੇ ਡੀਲਰ ਵੀਰ ਬਹੁਤ ਸਿਆਣੇ ਆ ਪਰੰਤੂ ਹਰ ਵਰਗ ਦੇ ਵਿੱਚ ਕੁਝ ਨਾ ਕੁਝ ਮੁਨਾਫਾ ਖੋਹਰ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਆਪਣੇ ਮੁਨਾਫੇ ਨਾਲ ਲਾਭ ਹੁੰਦਾ ਇਹੋ ਜਿਹੇ ਵੀਰ ਜਿਹੜੀਆਂ ਬੈਨ ਜਹਿਰਾ ਹੈਗੀਆਂ ਬਾਸਮਤੀ ਦੇ ਵਿੱਚ ਪਵਾ ਰਹੇ ਆ ਕਾਪੀ ਪੈਨ ਲੈ ਲਓ ਤੇ ਉਹਦੇ ਤੇ ਆ ਥੋੜਾ ਜਿਹਾ ਨੌਂ ਜ਼ਹਿਰ ਲਿਖ ਲਓ ਕਿ ਜਿਹੜੇ ਆਪਾਂ ਕਦੇ ਵੀ ਬਾਸਮਤੀ ਦੇ ਵਿੱਚ ਨਹੀਂ ਵਰਤਨੇ ਪਹਿਲਾ ਜ਼ਹਿਰ ਕਿਹੜਾ ਹੈ ਐਸੀਫੇਟ ਐਸੀਫੇਟ ਦੂਸਰਾ ਟ੍ਰਾਈਜੋਫਾਸ ਤੀਜਾ ਥਾਇਆਮਿਥੌਕਸਮ ਇਹ ਤੇਲੇ ਵਾਲੀ ਦਵਾਈ ਹੁੰਦੀ ਹੈ ਸੇਵੀਆਂ ਜੀਆਂ ਹੁੰਦੀਆਂ ਅੱਜਕੱਲ ਇਹੇ ਬੋਤਲ ਦੇ ਵਿੱਚ ਲਾਲ ਜੀ ਲਿਕਵਿਡ ਦਵਾਈ ਵੀ ਆਉਂਦੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਮੈਂ ਬਠਿੰਡਾ ਦੇ ਇੱਕ ਦੋ ਪਿੰਡਾਂ ਦੇ ਵਿੱਚ ਦੇਖਿਆ ਕਿ ਦੁਕਾਨਦਾਰਾਂ ਨੇ ਬਾਸਮਤੀ ਦੇ ਵਿੱਚ ਥੱਲੇ ਵੀ ਪਵਾਈ ਹੋਈ ਹੈ ਇਹ ਪੈਰਾਂ ਤੇ ਕਵਾੜਾ ਮਾਰਨ ਵਾਲੀ ਗੱਲ ਹੈ ਕਾਰਬੈਂਡਾਜ਼ਮ ਆ ਜਿਹੜੀ 1236 ਉਹੀ ਪਾਈ ਜਾਂਦੇ ਨੇ ਨਾ ਥੱਲੇ ਇਹਨੇ ਬੇੜਾ ਗੜਕ ਕਰਨਾ ਬਾਸਮਤੀ ਦਾ ਬਾਸਮਤੀ ਵਿਕਣੀ ਨਹੀਂ ਟਰਾਈਸਾਈਕਲਾਜੋਲ ਟਰਾਈਸਾਈਕਲਾਜੋਲ ਬਿਪਰੋਫੀਜਨ ਕਾਰਬੋਫਿਉਰੋਨ ਪ੍ਰੋਪੀਕੋਨਾਜੋਲ ਪ੍ਰੋਪੀਕੋਨਾਜੋਲ ਲਈ ਤਾਂ ਯਾਰ ਆ ਬਾਈ ਉੱਥ ਗਿਆ ਹੈ ਬਾਸਮਤੀ ਦੀ ਫਸਲ ਬੜੀ ਵਧੀਆ ਹੁੰਦੀ ਹੈ ਕਿਸਾਨ ਅਖੀਰ ਤੇ ਅਖੀਰ ਨਾਲ ਦਾਣੇ ਦੀ ਚਮਕ ਆਉਗੀ ਦਾਣਾ ਮੋਟਾ ਹੋਊਗਾ ਭਾਵੇਂ ਉਲੀ ਹੋਵੇ ਚਾ ਨਾ ਹੋਵੇ ਇਹਨੂੰ ਕਰ ਦਿੰਦਾ ਹੈ ਜਿਹੜੀ ਸਪਰੇਅ ਵਸਤਾਪਾ ਕਰਨੀਆਂ ਨਹੀਂ ਕਿਸੇ ਵੀ ਦੌਰ ਦੇ ਵਿੱਚ ਫਸਲ ਵਿਜਣ ਤੋਂ ਲੈ ਕੇ ਵੱਢਣ ਤੱਕ ਕਦੇ ਵੀ ਨਹੀਂ ਕਰਨੀਆਂ ਪਰੰਤੂ ਜਿਹੜੀ ਸਪਰੇਅ ਤੁਸੀਂ ਮੁੰਜਰ ਨਿਕਲੀ ਤੋਂ ਕਰਤੀ ਉਹ ਤਾਂ ਪੂਰੇ ਦਾ ਪੂਰਾ ਹੀ ਰੈਜ਼ੀਡਿਓ ਅਫੈਕਟ ਆਉਣਾ ਹੀ ਆਉਣਾ ਹੈ ਤਾਂ ਇਹ ਨਾਂ ਵਰਤੋ ਥਾਇਓਫਨੇਟ ਮੈਥਾਈਲ ਮੈਨੂੰ ਬਹੁਤ ਕਿਸਾਨ ਫੋਨ ਕਰਦੇ ਆ ਅਸੀਂ ਬਾਸਮਤੀ ਦੇ ਵਿੱਚ ਝੰਡੇ ਰੋਗ ਤੋਂ 123 ਥ੍ਰੀਟ ਪਾਲੀ ਹੈ ਅਸੀਂ ਥਾਇਓਫਨੇਟ ਮੈਥਾਈਲ ਪਾਲੀ ਹੈ ਇਹ ਨਾਂ ਪਾਓ ਯਾਰ ਹਾਂ ਦਿੱਕਤ ਆਈ ਹੈ ਖੇਤੀ ਮਾਰਾ ਨਾਲ ਸੰਪਰਕ ਕਰੋ ਇਹਨਾਂ ਦਵਾਈਆਂ ਦਾ ਬਦਲ ਵੀ ਹੈਗਾ ਉਹ ਬਦਲ ਜਿਹੜਾ ਹੈਗਾ ਉਹ ਖੇਤਾਂ ਦੇ ਵਿੱਚ ਤੁਸੀਂ ਵਰਤੋ ਤੇ ਇੱਕ ਚੀਜ਼ ਦਾ ਧਿਆਨ ਰੱਖੋ ਆਪਾਂ ਇਹ ਕਹਿੰਦੇ ਹੁੰਨੇ ਆ ਕਿ ਮੇਰਾ ਕੀ ਹੈ ਦੇਖੋ ਤੁਸੀਂ ਤਾਂ ਸਿਆਣੇ ਹੋ ਤੁਸੀਂ ਤਾਂ ਆਪਣੇ ਖੇਤ ਦੇ ਵਿੱਚ ਬਾਸਮਤੀ ਦੇ ਵਿੱਚ ਜ਼ਹਿਰ ਨਹੀਂ ਵਰਤਣੀਆਂ ਤੁਹਾਨੂੰ ਪਤਾ ਹੈ ਕਿ ਦੁਕਾਨਦਾਰ ਨੇ ਤੁਹਾਨੂੰ ਕਿਹਾ ਸੀਗਾ ਕਿ ਆਹ ਪਾਲਾ ਪਰਾਂ ਤੋਂ ਤੁਸੀਂ ਉਹਨੂੰ ਮਨਾ ਕਰਤਾ ਕਿ ਮੈਂ ਨਹੀਂ ਪਾਣੀ ਇੱਕ ਹੋ ਜਾ ਦੁਕਾਨਦਾਰ ਦੀ ਖੇਤੀਬਾੜੀ ਵਿਭਾਗ ਨੂੰ ਲਿਖਤੀ ਸ਼ਿਕਾਇਤ ਕਰੋ ਕਾਹਤੋਂ ਕਰੋ ਕਿਉਂਕਿ ਜਿਹੜਾ ਬਾਸਮਤੀ ਦਾ ਲੋਟ ਜਾਣਾ ਨਾ ਬਾਹਰ ਕੰਟੇਨਰ ਭਰ ਕੇ ਜਾਣਾ ਉਹ ਕੱਲੀ ਢਾਡੀ ਬਾਸਮਤੀ ਦੇ ਨਾਲ ਨਹੀਂ ਪਰਣਾ ਉਹਦੇ ਵਿੱਚ 2 ਪਿੰਡ 4 ਪਿੰਡਾਂ ਦੀ ਬਾਸਮਤੀ ਇਕੱਠੀ ਆਉਣੀ ਹੈ ਤੁਸੀਂ ਤਾਂ ਜਹਰਾ ਨਹੀਂ ਪਾਈਆਂ ਉਹ ਜਿਹੜਾ ਬੰਦਾ ਵੇਚ ਰਿਹਾ ਹੈ ਉਹਨੇ ਦੂਜੇ ਨੂੰ ਵੇਚ ਦੇਣੀ ਹੈ ਗਵੰਡੀ ਨੂੰ ਵੇਚ ਦੇਣੀ ਹੈ ਗਵੰਡੀ ਨੇ ਪਾ ਲੈਣੀ ਹੈ ਤੇ ਉਹਦੇ ਆਲਾ ਸੈਂਪਲ ਟੈਪ ਚੈੱਕ ਹੋ ਗਿਆ ਤੇ ਬਾਸਮਤੀ ਤੁਹਾਡੀ ਵੀ ਨਹੀਂ ਵਿਕਣੀ ਐਕਸਪੋਰਟਰ ਦਾ ਕਰੋੜਾਂ ਰੁਪਇਆ ਮਰਨਾ ਹੀ ਮਰਨਾ ਹੈ ਤੁਹਾਡੀ ਬਾਸਮਤੀ ਨੂੰ ਬੇਰਾਂ ਦੇ ਭਾਅ ਨਹੀਂ ਕਿਸੇ ਨੇ ਪੁੱਛਣਾ ਇਹਦੇ ਕਰਕੇ ਪੰਜਾਬ ਸਰਕਾਰ ਪੰਜਾਬ ਖੇਤੀਬਾੜੀ ਵਿਭਾਗ ਤੁਹਾਨੂੰ ਬੇਨਤੀ ਕਰਦਾ ਹੈ ਕਿ ਇਹਨਾਂ ਜਹਰਾਂ ਦੀ ਵਰਤੋਂ ਨਾ ਕਰੋ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਜੈਰਾਂ ਦੀ ਨਾਂ ਵਰਤੋਂ ਕਰੋ ਆਪਣੀ ਬਾਸਮਤੀ ਐਕਸਪੋਰਟ ਨਹੀਂ ਹੋਣੀ ਤੇ ਫਿਰ ਕੀ ਕਰਾਂਗੇ